ਸ਼ਿਵ ਸਰ ਤੋਂ ਅਸੀਂ ਕਰ ਰਹੇ ਹਾਂ ਅੱਜ ਮਨਥਾਰ ਗੱਡੀ ਪ੍ਰਾਈਵੇਟ ਸਰਵਿਸ ਹੈ ਜੀ ਇਹ ਚੱਲ ਰਹੀ ਹੈ ਸਾਦਕਾਬਾਦ ਤੋਂ ਫੈਸਲਾਬਾਦ ਅੱਜ ਇੱਥੇ ਸਫ਼ਰ ਕਰ ਰਹੇ ਹਾਂ ਰਸ਼ ਇਤਨਾ ਖਾਸ ਕੋਈ ਨਹੀਂ ਲੇਕਿਨ ਆਵਾਜ਼ ਬਹੁਤ ਇਹਦੀ ਆ ਰਹੀ ਹੈ ਵਿੱਚ ਅਤੇ ਅੱਛਾ ਇੱਕ ਤੁਹਾਨੂੰ ਦੱਸਦਾ ਮੈਂ ਇੱਕ ਸ਼ਹਿਰ ਤੋਂ ਵੀਡੀਓ ਬਣਾ ਰਿਹਾ ਕਿਉਂਕਿ ਤੁਸੀਂ ਸ਼ਹਿਰ ਤੋਂ ਜਿਹੜੇ ਬੈਠੇ ਹੋਏ ਨੇ ਨਸ ਵੀ ਦੱਸਦੇ ਜਾਵਾਂਗੇ ਜਨਾਬ ਇਮਾਰਤ ਹੈ ਸਰਕਾਰੀ ਜਨਾਬ ਚਾਰ ਦੀਵਾਰੀ ਦੀ ਬਣੀ ਹੋਈ ਹੈ ਅਸੀਂ ਨਜ਼ਦੀਕ ਪਹੁੰਚ ਗਏ ਜਨਾਬ ਟੂਰ ਪਲਾਜ਼ਾ 'ਤੇ ਮੇਰੇ ਸਾਹਮਣੇ ਸਾਰੇ ਰੁਕੇ ਹੋਏ ਨੇ ਮੋਟਰਵੇ ਪੁਲਿਸ ਉਹਨੇ ਰੁਕੇ ਹੋਏ ਨੇ ਇਹ ਟੂਰ ਪਲਾਜ਼ਾ ਆ ਗਿਆ ਜਨਾਬ ਅਸੀਂ ਪਹੁੰਚ ਗਏ ਟੂਰ ਪਲਾਜ਼ਾ ਕੋਲ ਗੱਡੀ ਜਨਾਬ ਸਾਡੀ ਰੁਕ ਗਈ ਹੈ ਕਿਉਂਕਿ ਸਾਡੇ ਅੱਗੇ ਗੱਡੀ ਖੜ੍ਹੀ ਹੈ ਉਹ ਨਿਕਲੇਗੀ ਅਤੇ ਫਿਰ ਇਨਸ਼ਾਅੱਲਾ ਸਾਡੀ ਗੱਡੀ ਆਪਣਾ ਟੂਰ ਪਲਾਜ਼ੇ ਦਾ ਜਿਹੜਾ ਹੈ ਅਸੀਂ ਫਿਲਹਾਲ ਸਾਡੀ ਗੱਡੀ ਰੁਕੀ ਹੋਈ ਹੈ ਅਗਲੀ ਗੱਡੀ ਜਿਵੇਂ ਨਿਕਲੇਗੀ ਫਿਰ ਮਾਸ਼ਾ ਸਾਰਾ ਖੁੱਲਿਆ ਸੀ ਹਦੂਦ ਹੈ ਜਨਾਬ ਬਹਾਵਲਪੁਰ ਔਰ ਜ਼ਿਲ੍ਹਾ ਲੋਧਰਾ ਦੀ ਛੋਟੇ ਜ਼ਿਲ੍ਹਾ ਲੋਧਰਾ ਸ਼ੁਰੂ ਹੋ ਜਾਂਦਾ ਜੀ ਬਾਨਵੇਂ ਰੋਡ ਇਹ ਬੜਾ ਮਸ਼ਹੂਰ ਰੋਡ ਹੈ ਜੀ ਅਸੀਂ ਜਾਣਾ ਦੁਨੀਆਪੁਰ ਅਤੇ ਇਹ ਲੋਧਰਾ ਤੱਕ ਨਾ ਇਕੱਠਾ ਇੱਕ ਰੋਡ ਜਾ ਰਿਹਾ ਹੈ ਇੱਕ ਸਾਈਡ 'ਤੇ ਬਹਾਵਲਪੁਰ ਨਿਕਲ ਮੁਲਤਾਨ ਨਿਕਲ ਜਾਂਦਾ ਸੋਰੀ ਇੱਕ ਸਾਈਡ 'ਤੇ ਨਿਕਲ ਜਾਂਦਾ ਇਹ ਲੋਧਰਾ ਦੁਨੀਆਪੁਰ ਲੋਕ ਜੀ ਉਸਤਾਦ ਜੀ ਉਸਤਾਦ ਮਾਸ਼ਾਅੱਲਾ ਜੀ ਜਾ ਰਹੇ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਕਿ ਜ਼ਿਆਦਾ ਸੈਲਾਬ ਦਾ ਪਾਣੀ ਆਪਣਾ ਅੱਗੇ ਸੀ ਤੱਕ ਪਾਣੀ ਇਸ ਵਾਸਤੇ ਅੱਗੇ ਲਾਇਆ ਗਿਆ ਆਦਮਾਨ ਆਦਮਾਨ ਕਹਿੰਦੇ ਨੇ ਉਸ ਪੁਲ ਦੇ ਨਾਲ ਉਹ ਹਾਈਟ ਤੋਂ ਲਾਇਆ ਗਿਆ ਉਹਦੀ ਵਜ੍ਹਾ ਮੇਨ ਇਹੀ ਹੈ ਸੈਲਾਬ ਦੇ ਪਾਣੀ ਪਹਿਲੇ ਸੈਲਾਬ ਬਹੁਤ ਹੁੰਦਾ ਸੀ ਸਾਡਾ ਜਿਹੜਾ ਦਰਿਆ ਹੈ ਸਤਲੁਜ ਇਹਦੇ ਵਿੱਚ ਜ਼ਿਆਦਾਤਰ ਚਿਕਨਦੌਰ ਉਹ ਹੈ ਇੰਡੀਆ ਦਾ ਉਹ ਦਿਲ ਕਰਦਾ ਪਾਣੀ ਛੱਡ ਦਿੰਦੇ ਨੇ ਲੇਕਿਨ ਕਦੀ ਕਦੀ ਜ਼ਿਆਦਾ ਨਹੀਂ ਰੂਟੀਨ ਨਹੀਂ ਹੈਗੀ ਸਾਜੀ ਤੋਂ ਜਰ ਖੁਸ਼ ਚੱਲ ਯਾਰ ਬਿਹਤਰ ਹੀ ਹੈ ਲੇਕਿਨ ਫਿਰ ਵੀ ਗਰਮੀ ਗਰਮੀ ਹੁੰਦੀ ਗਰਮੀ ਮਹਿਸੂਸ ਹੁੰਦੀ ਹੈ ਕਿਸੇ ਉੱਤੇ ਕਿਤੇ ਹਵਾ ਨਾਲ ਮਨਥਾਰ ਚੀਮਾ ਇਹ ਬੜੀਆਂ ਮਸ਼ਹੂਰ ਗੱਡੀਆਂ ਨੇ ਸਾਡੇ ਸ਼ਹਿਰ ਨਾਲ ਪੁਲ ਕ੍ਰਾਸ ਕਰ ਰਹੇ ਆਦਮ ਮਾਨ ਆਦਮ ਜ਼ਿਕਰ ਕੀਤਾ ਸੀ ਇਹ ਪੁਲ ਕ੍ਰਾਸ ਕਰ ਰਹੇ ਹਾਈਟ 'ਤੇ ਇਹ ਪੁਲ ਇਹ ਥੱਲੇ ਟ੍ਰੇਨ ਗੁਜ਼ਰਦੀ ਹੈ ਟ੍ਰੇਨ ਵਾਲਾ ਮਸਲਾ ਵੀ ਹੈ ਤੁਸੀਂ ਸੈਲਾਬ ਵਾਲਾ ਮਸਲਾ ਵੀ ਹੈ ਤੱਕ ਸੈਲਾਬ ਦਾ ਪਾਣੀ ਵੀ ਇੱਥੇ ਕ੍ਰਾਸ ਕਰ ਰਿਹਾ ਦੋਵੇਂ ਚੀਜ਼ਾਂ ਮੱਦੇਨਜ਼ਰ ਰੱਖਦੇ ਹੋਏ ਪੁੱਲ ਹਾਈਟ ਦੀ ਨਾ ਹਾਈਟ 'ਤੇ ਬਣਾਈ ਉੱਚਾਈ 'ਤੇ ਬਣਾਈ ਇਸ ਮੌਕੇ ਦਿਖਾਵਾਂਗੇ ਤੁਹਾਨੂੰ ਪਹਿਲੇ ਸਕੀਤੀ ਵੀ ਮੈਂ ਬੈਠੀ ਸਾਈਡ 'ਤੇ ਮੁਨਾਸਿਬ ਨਹੀਂ ਹੈ
ਵਿੱਚ ਆ ਰਹੀ ਹੈ ਸਾਡੀ ਵੀਡੀਓ ਬਣਾ ਅੱਛੀ ਗੱਲ ਹੈ ਬੰਦਾ ਨਹੀਂ ਚਾਹੁੰਦਾ ਬਣਾਉਣੀ ਚਾਹੀਦੀ ਦੋਸਤੋ ਇਹ ਅਸੀਂ ਆਦਮਾਨ ਦੀ ਆਬਾਦੀ ਕ੍ਰਾਸ ਕੀਤੀ ਸਫੈਦ ਤੁਹਾਨੂੰ ਪਾਲਣ ਲਗਾ ਰਹੇ ਇਹ ਜਨਾਬ ਹੈ ਨੇ ਫੂਡ ਮਹਿਕਮਾ ਫੂਡ ਦੇ ਗੋਦਾਮ ਨੇ ਗੋਦਾਮ ਤੋਂ ਮੁਰਾਦ ਇੱਥੇ ਨੇ ਗੰਦਮ ਲਾਈ ਹੋਈ ਹੈ ਇਕੱਠੀ ਕੀਤੀ ਹੋਈ ਰੱਖੀ ਗੰਦਮ ਸਾਡੇ ਕੋਲ ਤਾਂ ਵਾਪਸ ਨਿਰਾਸ਼ ਹੋਏ ਰੁੱਲ ਗਈ ਹੈ ਗੰਦਮ ਕਿਸਾਨ ਨੂੰ ਤਾਂ ਕੋਈ ਰੇਟ ਨਹੀਂ ਮਿਲਿਆ ਠੀਕ ਹੈ ਜੀ ਕਾਫੀ ਹੈ ਸਾਡੇ ਗੋਦਾਮ ਵਗੈਰਾ ਮੈਂ ਬਸ ਟੈਸਟ ਕਰ